ਜਿਹੜੇ ਬਾਬੇ ਨੇ ਪਿਆਰ ਕਰਦੇ ਹੱਥ ਮਗਲ ਫੜਾ ਫੜ ਚੱਲ ਜਾਂਦੇ ਕਹਿੰਦਾ ਓ ਆਪਣੀ ਤੋਂ ਸਦਕਾ ਆਪਣੇ ਕਦੀ ਸਰਕਾਰ ਹੈ ਉਹ ਬੈਠੀਆਂ ਹੱਥ ਪਰ ਬਹਿ ਜਾ ਓ ਆਪਣੀ ਤੋਂ ਸਦਕਾ Thank you.
ਵੈਸੇ ਮੈਂ 40 50 ਘੰਟੇ ਗਾਉਣ ਵਾਲਾ ਹਾਂ ਕੋਈ ਸੀ ਗੱਲ ਨਹੀਂ ਸਾਡੇ ਭੈਣ ਜੀ ਬਦਲਾ ਬਟਾਲੇ ਵਾਲੇ ਨੂੰ ਔਰ ਇਹ ਮੇਲੇ ਤੇ ਹਾਜ਼ਰੀਆਂ ਹੁੰਦੀਆਂ ਨੇ ਤੁਹਾਡਾ ਛੋਟਾ ਵੀਰ ਪੱਪੂ ਪਟਾਕਾ ਖੰਨੇ ਵਾਲਾ ਹਮੇਸ਼ਾ ਯਾਦ ਰੱਖੋ ਚੌਂਕੀ ਜਾ ਕੇ ਸੇਵਾ ਦਾ ਮੌਕਾ ਦਿਆ ਕਰੋ YouTube ਤੇ ਸਰਚ ਮਾਰੋ ਪੱਪੂ ਪਟਾਕਾ ਵੀਡੀਓ ਠਾਠਾ ਆਉਣਗੀਆਂ ਬੋਲ ਸੱਚੇ ਦਰਬਾਰ ਕੀ ਜੈ ਇੱਕ ਤਾੜੀ ਨਾਲ ਜੋੜ ਦੀ ਜੋੜ ਦਾ ਤਾੜੀ ਪ੍ਰੇਮ ਸੇ ਬੋਲੋ ਜੈ ਬਾਬੇ ਉੱਚੀ ਬੋਲੋ ਜੈ ਬਾਬੇ ਦੀ ਉੱਚੀ ਬੋਲੋ ਜੈ ਬਾਬੇ ਦੀ ਹੱਥ ਖੜੇ ਕਰਕੇ ਬੋਲੋ ਜੈ ਬਾਬੇ ਦੀ ਹੱਸ ਕੇ ਬੋਲੋ ਜੈ ਬਾਬੇ ਦੀ ਪ੍ਰੇਮ ਨਾਲ ਬੋਲੋ ਜੈ ਬਾਬੇ ਰਾਮ ਰਾਜ ਗਾਤਾ ਮਲੇ ਕੋਲ ਲੈ ਸੀ ਮੈਂ ਕਿਹਾ ਪ੍ਰੇਮ ਨਾਲ ਬੋਲੋ ਜੈ ਬਾਬੇ ਇੱਕ ਬੇਬੇ ਖੜੀ ਹੋ ਗਈ ਮੈਂ ਕਿਹਾ ਬੇਬੇ ਕੀ ਗੱਲ ਹੋ ਗਈ ਕਹਿੰਦੀ ਜਿਵੇਂ ਮਰਜ਼ੀ ਬੁਲਾਵਾਂ ਉਵੇਂ ਬੋਲੂੰ ਪਰ ਮੈਂ ਪ੍ਰੇਮ ਨਾਲ ਨਹੀਂ ਬੋਲਣਾ ਮੈਂ ਕਿਹਾ ਬੇਬੇ ਪ੍ਰੇਮ ਨਾਲ ਕਿਉਂ ਨਹੀਂ ਬੋਲਣਾ ਕਹਿੰਦੀ ਮਰ ਜਾਣਾ ਮੇਰੀ ਕਮੇਟੀ ਲੈ ਕੇ ਭੱਜ ਗਿਆ ਉਹ ਪ੍ਰੇਮ ਨਹੀਂ ਇਹ ਬਾਬੇ ਦਾ ਪ੍ਰੇਮ ਆ ਇਹ ਗੁਰੂ ਦਾ ਪ੍ਰੇਮ ਆ ਪ੍ਰੇਮ ਸੇ ਬੋਲੋ ਜੈ ਬਾਬੇ ਉੱਚੀ ਬੋਲੋ ਜੈ ਬਾਬੇ ਹੱਥ ਖੜੇ ਕਰਕੇ ਬੋਲੋ ਜੈ ਬਾਬੇ ਹੌਲੀ ਬੋਲੋ ਜੈ ਬਾਬੇ ਦੀ ਤਾੜੀ ਨਾ ਮਾਰਿਓ ਜੈ ਬਾਬੇ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਤਾਂ ਪੱਪੂ ਪਟਾਕੇ ਨੂੰ ਯਾਦ ਦਿਓ ਜੀ ਇੱਕ ਦਾ ਮੌਕਾ ਮਿਲਿਆ 30-35 ਘੰਟੇ ਕਾ ਕੇ ਜਾਵਾਂਗੇ ਪ੍ਰੇਮ ਸੇ ਬੋਲੋ ਜੈ ਬਾਬੇ ਮੈਂ ਸਾਡੇ ਬਾਬਾ ਬਲਵੀਰ ਜੀ ਉਹਨਾਂ ਬਹੁਤ ਧੰਨਵਾਦੀ ਹਾਂ ਉਹਨਾਂ ਕੋਲ ਮਾਫੀ ਮੰਗਦਾ ਪਹਿਲੇ ਸਾਲ ਮੈਂ ਤਾਂ ਨਹੀਂ ਆ ਸਕਿਆ ਕਿ ਮੈਂ ਸਾਰਾ ਕੁਝ ਸਾਰੇ ਫੰਕਸ਼ਨ ਛੱਡ ਕੇ ਪਹੁੰਚਿਆ ਦਰਬਾਰ ਤੇ ਆ ਸਭ ਨੂੰ ਪਤਾ ਕਿ ਵਿਆਹ ਦੇ ਫੰਕਸ਼ਨ ਬਹੁਤ ਨੇ ਫਿਰ ਵੀ ਦਰਬਾਰ ਤੇ ਹਾਜ਼ਰੀ ਜ਼ਰੂਰੀ ਸੀ ਬੋਲ ਸੱਚੇ ਦਰਬਾਰ ਕੀ ਜੈ ਬਈ ਪੱਪੂ ਪਟਾਕਾ ਜੀ ਇਹਦੇ ਨਾਲੋਂ ਤਾਂ ਚਾਹੁੰਦੇ ਇੱਕ ਭੇਡ ਹੋਰ ਖਾ ਲੈਣ ਦਿੰਦੇ ਤਾਂ ਚੰਗਾ ਸੀ ਟਾਈਮ ਤੁਸੀਂ ਗੱਲਾਂ 'ਚ ਪੂਰਾ ਕੀਤਾ ਨਾ ਬਾਬਾ ਇੱਕ ਵਾਰੀ ਜਿਹੜਾ ਇਹਨਾਂ ਦੇ ਨਾਂ ਤੇ ਤਾੜੀ ਵਜਾ ਦੋ ਤੇ ਉੱਤੇ ਹੱਥ ਕਰਕੇ ਜਰਾ ਦੇਖੀ ਬਕਾਇਆ ਰਹਿੰਦੀ ਸੀ ਹਾਂਜੀ ਕਿਸੇ ਦੀ ਚਾਬੀ ਗੁੰਮ ਗਈ ਹੈ ਆਪਣੀ ਜੇਬ 'ਚ ਹੱਥ ਮਾਰ ਕੇ ਦੇਖ ਲਓ ਜਰਾ ਕਿਸੇ ਦੀ ਚਾਬੀ ਗੁੰਮ ਗਈ ਆ ਘਰ ਦੀ ਆਪਣੀ ਚਾਬੀ ਪਹਿਚਾਣ ਕੇ ਤਾਂ ਲਿਜਾ ਸਕਦਾ ਜੀ ਹਾਂਜੀ ਲਓ ਜੀ ਅਗਲੀ ਹਾਜ਼ਰੀ ਬਾਬਾ ਜੀ ਦੇ ਚਰਨਾਂ ਵਿੱਚ
ਕਹਿੰਦੇ ਹੋ ਕੇ ਮਾਂ ਮੇਰੀ ਮੈਨੂੰ ਦੱਸ ਮਾਤਾ ਮੇਨਾ ਲੱਸੀ ਤੇ ਰੋਟੀ ਦਾ ਮਾਰ ਦਿੱਤਾ ਹੋ ਕੇ ਮਾਂ ਮੇਰੀ ਮੈਨੂੰ ਦੱਸ ਮਾਤਾ ਮੇਨਾ ਲੱਸੀ ਤੇ ਰੋਟੀ ਦਾ ਮਾਰ ਦਿੱਤਾ 12 ਸਾਲ ਗੁਜ਼ਾਰ ਕੇ ਘਰ ਤੇ ਰਹਿ 12 ਘੜੀਆਂ ਦਾ ਕਰਜ਼ ਉਤਾਰ ਦਿੱਤਾ ਮਾਂ 12 ਘੜੀਆਂ ਦਾ ਕਰਜ਼ ਉਤਾਰ ਦਿੱਤਾ ਜੈ ਕਰਾ ਪਾਉਣਾ ਹਰੀ ਦਾ ਓ ਸੱਚੇ ਦਰਬਾਰ ਕੀ ਜੈ ਜੈ ਕਰਾ ਜਗਦੀਆਂ ਜੋਤਾਂ ਵਾਲੇ ਬਾਬਾ ਜੀ ਦਾ ਓ ਸੱਚੇ ਦਰਬਾਰ ਕੀ ਜੈ ਆ ਜੀ ਅਗਲੀ ਹਾਜ਼ਰੀ ਬਾਬਾ ਜੀ ਦੇ ਪਗਾ ਜਾਨ ਸੁਨੀਲ ਜੀ ਸੁਨੀਲ ਜੀ ਬੋਲੇ ਸੱਚੇ ਦਰਬਾਰ ਕੀ ਜੈ ਕਰਾ ਦੁਦਾ ਤਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਬੜੇ ਭਾਗਾਂ ਵਾਲੀ ਹੁੰਦੀ ਥਾਂ ਜਿੱਥੇ ਬਾਬਾ ਜੀ ਦੇ ਨਾਮ ਦਾ ਜੋ ਪ੍ਰਕਾਸ਼ ਹੁੰਦਾ ਹੈ ਮੇਲਾ ਲੱਗਿਆ ਹੋਇਆ ਇੱਕ ਵਾਰ